ਬਾਕੀ ਊਠ ਵੀ ਮੰਗਵਾਏ ਨੇ ਤੇ ਸਾਰੇ ਹੀ ਹੁਣ ਇਸ ਟਾਈਮ ਸਾਰਿਆਂ ਦਾ ਮਨ ਜਿਹੜਾ ਉਹ ਆਪਣੇ ਟਰੈਕਟਰ ਦੀਆਂ ਰੇਸਾਂ ਤੇ ਬਾਕੀ ਚੀਜ਼ਾਂ ਵਿੱਚ ਹੈ ਤੇ ਮੈਂ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਤੇ ਆਹ ਜਿਹੜੇ ਮੈਂ ਇੱਥੇ ਐਲਾਨੇ ਹੋਏ ਛੋਟੀ ਜੀ ਮੇਰੇ ਵਾਲੀ ਜਿਹੜੀ ਮੇਰੇ ਵੱਲੋਂ ਇੱਕ ਇਸ ਮੇਲੇ ਦੀ ਇੱਕ ਸ਼ੋਭਾ ਵਧਾਉਣ ਵਾਸਤੇ ਜੋ ਵੀ ਤੁਸੀਂ ਹੁਕਮ ਲਾਇਆ ਤੁਹਾਨੂੰ ਆਉਂਦੇ ਇੱਕ ਅੱਧੇ ਮਹੀਨੇ ਤੱਕ ਮੈਂ ਪਹੁੰਚਾ ਦੇਵਾਂਗਾ। ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਹੋਣਾ ਦਾ, ਜਿਨ੍ਹਾਂ ਨੇ ਇਸ ਖੇਡ ਸਟੇਡੀਅਮ ਦੇ ਲਈ ਅਤੇ ਕਿਲਾ ਰਾਏਪੁਰ ਨਗਰ ਦੇ ਲਈ 5-5 ਲੱਖ ਰੁਪਈਆ, 10 ਲੱਖ ਰੁਪਇਆ ਟੋਟਲ ਐਲਾਨ ਕੀਤਾ। ਬਹੁਤ ਬਹੁਤ ਧੰਨਵਾਦ ਬਾਈ ਜੀ। ਤੁਸੀਂ ਪਿੱਛੇ ਹਟ ਜਾਓ, ਉਹਨਾਂ ਦੇ ਟਰੈਕਟਰ ਨਹੀਂ ਕਰਾਉਣੇ। ਫਿਰ ਜੇ ਕਿਸੇ ਨੇ ਬੋਲਿਆ ਕਿ ਨਾ ਐਂਬੂਲੈਂਸ ਭੇਜ ਦਿਓ, ਅਸੀਂ ਭੇਜਣੀ ਨਹੀਂ ਬਾਈ। ਆਪੋ ਆਪਣੇ ਬੱਚਿਆਂ ਨੂੰ ਸਾਂਭ ਕੇ ਪਿੱਛੇ ਹਟ ਜਾਓ। ਆਹ ਫਿਨਿਸ਼ਿੰਗ ਲਾਈਨ ਤੇ ਜਿਹੜਾ ਕਾਠਾ ਸਾਈਡ ਕਰ ਲਓ। ਇੰਜੀਨੀਅਰ ਜਗਦੀਪ ਸਿੰਘ ਜੀ ਜਗਰਾਉਂ ਤੋਂ, ਉਹ ਵੀ ਬਾਜਵਾ ਸਾਹਿਬ ਨਾਲ ਆਏ ਆ ਜੀ, ਐਂ ਧੰਨਵਾਦ। ਹੁਣ ਜਿੰਦੀ ਬਾਈ ਜੀ ਆ ਗਿੱਧਾ ਤੇ ਭੰਗੜਾ ਸਟਾਰਟ ਕਰਾ ਦਿਓ। ਇੱਕ ਮਿੰਟ ਜੀ, 2 ਮਿੰਟ ਰਹਿਣ ਦਿਓ ਜੀ। ਟਰੈਕਟਰਾਂ ਦੀ ਰੇਸ ਆ ਰਹੀ ਆ। ਠੀਕ ਆ ਬਾਈ ਜੀ, ਗਰਾਊਂਡ ਖਾਲੀ ਕਰ ਦਿਓ। ਹੋ ਜਾ ਪਰੇ ਨੂੰ, ਉਹ ਲੋਕੋ ਕਿਉਂ ਨਹੀਂ ਹਟਦੇ ਪਰੇ? ਘਰੇ ਜਾਣ ਦਾ ਇਰਾਦਾ ਨਹੀਂ, ਘਰੇ ਕੋਈ ਉਡੀਕਦਾ ਨਹੀਂ ਭਾਈ ਜੀ। ਗਰਾਊਂਡ ਕਲੀਅਰ ਕਰ ਦਿਓ, ਆਪੋ ਆਪਣਾ ਖਿਆਲ ਰੱਖਦੇ ਹੋਏ। ਉਹ ਬਾਈ ਜੀ, ਉਹ ਆ ਤੇਰੀਆਂ ਖਿੰਡ ਜਾਣੀਆਂ ਨੇ, ਕੱਲ ਕੁੱਤੇ ਨੇ ਖਣਾ ਦੀ ਆ। ਟਰੈਕਟਰ ਵਾਲਾ ਬਚਣਾ ਨਹੀਂ ਤੈਂ, ਆ ਪਕੌੜੀਆਂ ਜੇ ਲੈ ਕੇ ਪਰੇ ਨੂੰ ਨਿਕਲ ਜਾ। ਭੰਗੜੇ ਵਾਲੇ ਵੀਰੋ ਥੋੜਾ ਜਿਹਾ ਇੱਧਰ ਨੂੰ ਹੋ ਜਾਓ। ਹਾਂਜੀ ਮਿੱਤਰ ਪਿਆਰਿਓ, ਆ ਜਾਓ ਉਰੇ ਨੂੰ। ਹੈਲੋ ਭੰਗੜੇ ਵਾਲਿਓ, ਟਰੈਕਟਰ ਦੇ ਬ੍ਰੇਕ ਔਖੇ ਹੀ ਲੱਗਦੇ ਆ, ਕਰ ਦਿਓ ਟਰੈਕ ਕਲੀਅਰ। ਪੁਲਿਸ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਪਿੱਛੇ ਹਟਾ ਦਿਓ, ਪੌੜੀਆਂ ਕੋਲੇ ਨੂੰ ਹਟਾ ਦਿਓ ਵੀਰੋ। ਆਹ ਆਉਂਦਾ ਇਹਨੇ ਰੁਕਣਾ ਨਹੀਂ ਫੇਰ, ਆਹ ਜਿਹੜਾ ਫੋਟੋ ਖਿੱਚਦਾ ਇਹਦੇ ਚੜਾ ਦੇ। ਉਹ ਬੱਬੀ ਕੋਈ ਨਹੀਂ, ਭਾਈ ਜੀ ਗਰਾਊਂਡ ਕਲੀਅਰ ਕਰ ਦਿਓ ਤਾਂ ਕਿ ਟਰੈਕਟਰਾਂ ਦੀ ਰੇਸ। ਹੈਲੋ 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 ਜਿੰਦੀ ਬਾਈ ਜੀ, 2 ਮਿੰਟ ਰੋਕ ਲਓ, ਬਸ 2 ਮਿੰਟ ਉਹ ਟਰੈਕਟਰਾਂ ਦੀ ਰੇਸ ਹੋ ਰਹੀ ਨਾਲ ਹੀ ਕਰਾ ਦਿਓ, ਫਿਰ ਸ਼ੁਰੂ ਜਿਹਾ ਟਰੈਕਟਰ ਚੱਲ ਕਲੀ ਪਾ ਦਿਓ ਜੀ। ਫਿਨਿਸ਼ਿੰਗ ਲਾਈਨ ਤੇ ਕਲੀ, ਫਿਨਿਸ਼ਿੰਗ ਲਾਈਨ ਤੇ ਜਿੱਥੇ ਲਾਲ ਝੰਡੀ ਲੈ ਕੇ ਖੜੇ ਆ ਉਹ ਵੀਰ ਮੇਰੇ, ਉਹ ਹੋ ਜਾਓ ਪਰੇ ਨੂੰ, ਹੋ ਜਾਓ ਪਿੱਛੇ ਨੂੰ। ਬੜਾ ਵੱਡਾ ਸਟੇਡੀਅਮ ਆ, ਜਿੱਥੇ ਮਰਜ਼ੀ ਖੜ ਕੇ ਦੇਖੋ, ਬਹਿ ਕੇ ਦੇਖੋ, ਲਿਟ ਕੇ ਦੇਖੋ। ਹੋਰ ਆਫਰ ਵੀ ਦੇ ਦਿੰਦੇ ਆ। ਹੈਲੋ ਹੈਲੋ, ਆਵਾਜ਼ ਖੋਲੋ ਜੀ ਆਵਾਜ਼। ਬਾਈ ਜੀ 2 ਮਿੰਟ ਵੇਟ ਕਰ ਲਿਓ, ਉਧਰੋਂ ਟਰੈਕਟਰਾਂ ਦੀ ਰੇਸ ਆਉਂਦੀ ਆ, ਐਵੇਂ ਟਰੈਕਟਰ ਇੱਧਰ ਉੱਧਰ ਆ ਗਿਆ ਕੋਈ ਫਾਇਦਾ ਨਹੀਂ, ਤੁਸੀਂ ਮਾੜਾ ਜਿਹਾ ਸਮਕਾ ਉੱਧਰ ਧਿਆਨ ਰੱਖੋ। 2 ਮਿੰਟ ਬਾਅਦ ਠੀਕ ਹੈ ਜੀ ਬਈ, ਕਲੀ ਵਾਲੇ ਸਾਡੇ ਪਤਾ ਨਹੀਂ ਅੱਜ ਕਿੱਥੇ ਗਏ ਆ। ਜੱਗੇ ਬਾਈ ਜੀ ਟਰੈਕਟਰ ਇਕੱਠੇ ਹੀ ਚਾਰੇ ਛੱਡ ਦਿਓ, ਟਰੈਕਟਰ ਛੱਡ ਦਿਓ ਤਾਂ ਕਿ ਆਪਾਂ ਉਸ ਤੋਂ ਬਾਅਦ ਗਿੱਧਾ ਭੰਗੜਾ ਵੀ ਕਰਵਾ ਸਕੀਏ। ਹੁਣ ਇਹਨਾਂ ਨੂੰ ਕਹੋ 50 ਇਕੱਠੇ ਛੱਡ ਦਿਓ। ਟਰੈਕਟਰਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਹੁਣ ਗਰਾਊਂਡ ਕਲੀਅਰ ਆ, ਟਰੈਕਟਰ ਖੜਾ ਲਓ ਸਟਾਰਟਿੰਗ ਪੁਆਇੰਟ ਤੇ ਤਾਂ ਕਿ ਇਹਨਾਂ ਦੀ ਰੇਸ ਕਰਵਾਈ ਜਾ ਸਕੇ। ਬਹੁਤ ਬਹੁਤ ਧੰਨਵਾਦ। ਭਾਈ ਜੀ ਬਾਈ ਜੀ ਬ੍ਰੇਕਾਂ ਨਾ ਲਾਓ ਥੋੜੀਆਂ ਜਿਹੀਆਂ, ਗਰਾਊਂਡ ਪੱਟੀ ਜਾਂਦੀ ਆ, ਹੁਣ ਤੁਸੀਂ ਗੇੜਾ ਦੇਣ ਆਏ ਹੋ। ਸੈਕਟਰੀ ਸਾਹਿਬ ਸ਼ੁਰੂ ਕਰਵਾ ਦਿਓ, ਨਾ ਮਾਰੋ ਬ੍ਰੇਕ, ਗਰਾਊਂਡ ਪੱਟੀ ਜਾਂਦੀ ਆ। ਬੜੀ ਮਿਹਨਤ ਨਾਲ ਗਰਾਊਂਡ ਤਿਆਰ ਕਰੀ ਆ ਵੀਰੇ। ਉਹ ਗਰਾਊਂਡ ਕਲੀਅਰ, ਟਰੈਕਟਰ ਸਟਾਰਟਿੰਗ ਪੁਆਇੰਟ ਤੇ। ਸੈਕਟਰੀ ਸਾਹਿਬ ਬਾਈ ਬਲਵਿੰਦਰ ਜੱਗਾ ਜੀ ਛੱਡ ਦਿਓ ਟਰੈਕਟਰਾਂ ਦੀ ਰੇਸ। ਉਹ ਬਾਈ ਜੀ ਕਲੀ ਵਾਲੇ ਜਿੱਥੇ ਵੀ ਹੋ ਫਿਨਿਸ਼ਿੰਗ ਲਾਈਨ ਤੇ ਕਲੀ ਪਾ ਦਿਓ, ਮਾਰਕਰ ਸਾਡੇ ਮਹਿਮਾ ਸਿੰਘ ਵਾਲੀ ਸਾਈਡ ਦੇ
ਹੋ ਜਾ ਪਰੇ ਨੂੰ ਕਹਿਣਾ ਹੋ ਜਾ ਪਰੇ ਨੂੰ ਕੋਈ ਨੀ ਬਾਈ ਹੌਲੀ 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 ਹਟ ਜਾ ਪਾਸੇ ਨੂੰ ਰੋਕ ਲਾ ਭਰਾਵਾ ਰੋਕ ਲਾ ਕੋਈ ਨੀ ਹੌਲੀ 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 ਹੋਰ ਆਉਣੇ ਆ ਬੱਬੀ ਬਾਈ ਹੋਰ ਆਉਣੇ ਟਰੈਕਟਰ ਇੱਕ ਹੋਰ ਆ ਜਿੰਦੀ ਬਾਈ ਜੀ ਇੱਕ ਹੋਰ ਆ ਹਾਂਜੀ ਆਹ ਗੱਡੀ ਖੜੀ ਆ ਸਾਈਡ 'ਤੇ ਵੀਰੇ ਥੋੜ੍ਹੀ ਜਿਹੀ ਸਾਈਡ 'ਤੇ ਕਰ ਲਿਓ ਮੈਨੂੰ ਲੱਗਦਾ ਮਾਲ ਬੱਟੀ ਵੀ ਵਾਲਿਆਂ ਦੀ ਆ ਇੱਧਰ ਟਰੈਕਟਰ ਨਾ ਆ ਜਾਵੇ ਉਹ ਸਾਹਮਣੇ ਇੱਕ ਖੜੀ ਆ ਬਾਈ ਜੀ ਉਹ ਗੱਡੀ ਪਰੇ ਕਰੋ ਸਾਹਮਣੇ ਗੱਡੀ ਖੜੀ ਆ ਟੈਂਪੂ ਟੈਪ ਗੱਡੀ ਆ ਬਲੈਰੋ ਲੱਗਦੀ ਆ ਬਾਈ ਜੀ ਪਰੇ ਕਰੋ ਵਿੱਚ ਲੱਗੂਗੀ ਨਾਲ ਟਰੈਕਟਰ ਦਾ ਨੁਕਸਾਨ ਹੋਊ ਉਹ ਵੇਖੋ ਟਰੈਕਟਰ ਚੋਂ ਧੂਹਾਂ ਜਿਹਾ ਨਿਕਲੀ ਜਾਂਦਾ ਗੱਡੀ ਪਰੇ ਕਰ ਲਓ ਐਮ ਆਰ ਐਫ ਟਰੈਕਟਰ ਟਾਇਰ ਵੱਲੋਂ ਸਪੌਂਸਰ ਟਰੈਕਟਰਾਂ ਦੀ ਰੇਸ ਕਰ ਲਓ ਹਾਂਜੀ ਉਹ ਆ ਗਿਆ ਟਰੈਕਟਰ ਆਪੋ ਆਪਣੇ ਬੱਚਿਆਂ ਨੂੰ ਸੰਭਾਲ ਕੇ ਮਿਲਨ ਸਟੂਡੀਓ ਪਲੀਜ਼ ਆ ਗਈ ਟਰੈਕਟਰਾਂ ਦੀ ਰੇਸ ਕੋਈ ਨੀ ਬਾਈ ਬਹੁਤ ਫਰਕ ਆ ਬਾਈ ਬਹੁਤ ਫਰਕ ਆ ਬਹੁਤ ਫਰਕ ਆ ਹੌਲੀ ਕਰ ਲਾ ਹੌਲੀ ਕਰ ਲਾ ਹੌਲੀ ਕਰ ਲਾ ਬਹੁਤ ਫਰਕ ਆ ਬਹੁਤ ਫਰਕ ਆ ਮਿਲਨ ਸਟੂਡੀਓ ਸਟੇਜ ਤੇ ਪਹੁੰਚੇ ਜੀ ਮਿਲਨ ਸਟੂਡੀਓ ਮਿਲਨ ਸਟੂਡੀਓ ਬਾਈ ਕੋਈ ਨੀ ਲਾਈਨ ਤਾਂ ਕਰ ਲਾ ਪਾਰ ਕਰ ਲਾ ਕਰ ਲਾ ਨੰਬਰ ਚਾਹ ਲਾਈਨ ਪਾਰ ਕਰ ਲਾ ਕਰਦੇ ਪਾਰ ਕਰਦੇ ਚੱਲ ਆ ਜਾ ਮਿਲਨ ਸਟੂਡੀਓ ਹੋਰ ਆ ਰਹੀ ਹੈ ਰੇਸ ਹੋ ਜਾਓ ਪਰੇ ਨੂੰ ਉਧਰ ਤਿਆਰੀ ਆ ਸੈਕਟਰੀ ਸਾਹਿਬ ਨੇ ਝੰਡੀ ਚੱਕ ਲਈ ਆ ਇੱਧਰੋਂ ਟਰੈਕਟਰ ਪਹੁੰਚੋ ਬਾਈ ਜੀ ਲੈ ਕੇ ਫਾਈਨਲ ਲਈ ਪਹੁੰਚੋ ਇੱਕੋ ਹੀ ਆਊਗਾ ਦੂਜਾ ਦਾ ਬਾਈ ਜੀ ਹਵਾ ਲੈ ਗਿਆ ਆ ਗਈ ਰੇਸ ਹੋ ਜਾ ਪਰੇ ਨੂੰ ਓਏ ਉਹ ਸਾਹਮਣੇ ਟਰੈਕਟਰ ਖੜਾ ਬਾਈ ਪਰੇ ਨੂੰ ਕਰ ਲਾ ਮੂਹਰੇ ਨੂੰ ਕਰ ਲਾ ਕਰ ਲਾ ਫਿਰ ਹੌਲੀ ਕਰ ਲਾ ਬਾਈ ਹੌਲੀ 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 ਬਹੁਤ ਫਰਕ ਆ ਉਹ ਫਰਕ ਆ ਰੋਕ ਲਾ ਅੰਕਲਾ ਬੱਬੀ ਹੋਰ ਵੀ ਆ ਹਾਂਜੀ ਸੈਕਟਰੀ ਸਾਹਿਬ ਹੋਰ ਵੀ ਆ ਫਾਈਨਲ ਵੀ ਹੋਊਗਾ ਮਾਂਗਟ ਸਾਹਿਬ ਫਾਈਨਲ ਰਹਿ ਗਿਆ ਜੀ ਫਾਈਨਲ ਬਾਈ ਜੀ ਫਾਈਨਲ ਰਹਿੰਦਾ ਫਾਈਨਲ ਕੱਲ ਨੂੰ ਬਾਈ ਜੀ ਟਰੈਕਟਰ ਤਵੀਆਂ ਦਾ ਮੁਕਾਬਲਾ ਹੋਣਾ ਕੱਲ ਨੂੰ ਦਰਸ਼ਕ ਵੀਰੋ ਨੋਟ ਕਰ ਲਿਓ ਟਰੈਕਟਰ ਤਵੀਆਂ ਦਾ ਮੁਕਾਬਲਾ ਟਰੈਕਟਰਾਂ ਦੀ ਫਾਈਨਲ ਰੇਸ ਕੁਲਜੀਤ ਮਾਸਟਰ ਜੀ ਤਿੰਨ ਚਾਰ ਇਕੱਠੀਆਂ ਫਿਰ ਸੈਰਮਨੀਆਂ ਕਰਾ ਲਿਓ ਗਿੱਧੇ ਭੰਗੜੇ ਤੋਂ ਬਾਅਦ ਤਿੰਨ ਚਾਰ ਇਕੱਠੀਆਂ ਤਿਆਰ ਰੱਖਿਓ ਹਾਂਜੀ ਉੱਧਰ ਸੈਕਟਰੀ ਸਾਹਿਬ ਨੇ ਚੱਕ ਲਈ ਝੰਡੀ ਬਾਈ ਜੀ ਸਾਂਭੋ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਸੰਭਾਲੋ ਕਿਉਂ ਕੀਮਤੀ ਆ ਅੱਗੇ ਤਾਂ ਪੰਜ ਚਾਰ ਭਾਈ ਹੁੰਦੇ ਸੀ ਹੁਣ ਤਾਂ ਇਕੱਲਾ ਇਕੱਲਾ ਹੀ ਹੁੰਦਾ ਰੱਸਾ ਵੀ ਸ਼ੁਰੂ ਹੋ ਗਿਆ ਉੱਧਰ ਟਰੈਕਟਰਾਂ ਦਾ ਉਹ ਸਿੜਦੀ ਝੰਡੀ ਦੇਖੋ ਆਉਂਦੇ ਹਵਾ ਨੂੰ ਗੰਢਾ ਦਿੰਦੇ
ਦੇਖੋ ਮਾਰੀ ਕਿੱਡੀ ਲਾਟ ਹੋ ਜਾ ਪਰੇ ਨੂੰ ਆ ਗਿਆ ਆ ਗਿਆ ਆ ਗਿਆ ਉਹ ਬਾਈ ਹੌਲੀ ਕਰ ਲਾ ਉਹ ਪਤੰਦਰਾ ਬਾਲਾ ਦੂਰ ਆ ਕਰ ਲਾ ਹੌਲੀ 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 ਇਹ ਆ ਕਿਲਾ ਰਾਏਪੁਰ ਦੇ ਖੇਡ ਦਾ ਮੈਦਾਨ ਹੁਣ ਗਿੱਧਾ ਅਤੇ ਭੰਗੜਾ ਸਟਾਰਟ ਕਰੋ ਮੈਕ ਚਲਾ ਦਿਓ ਮੈਕ ਚਲਾ ਦਿਓ ਗਰਾਊਂਡ ਵਾਲੇ ਗਿੱਧਾ ਅਤੇ ਭੰਗੜਾ ਮਾਸਟਰ ਕਜੀ ਜੀ ਸੈਰਮਨੀ ਵੀ ਤਿਆਰ ਰੱਖਿਓ ਇਸ ਤੋਂ ਬਾਅਦ ਹੈਲੋ 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 ਆਵਾਜ਼ ਖੋਲ ਦਿਓ ਨਾਲ ਨਾਲ ਰਸਤਾ ਵੀ